ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਹਿਕਦੀਪ ਸਿੰਘ ਅੰਮ੍ਰਿਤਸਰ ਤੋਂ ਬਿਹਾਰੀ ਕੁਦਰਤ ਯੂਟਿਊਬ ਚੈਨਲ ਤੋਂ। ਵੀਰ ਜੀ, ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਰੀਬ 20 ਕੁ ਦਿਨ ਪਹਿਲਾਂ, ਅਮਰੂਦਾਂ ਦੇ ਉੱਪਰ ਜਿਹੜੀ ਸੁੰਡੀ ਪੈਂਦੀ ਆ ਵਿੱਚ, ਉਹਨਾਂ ਦੇ ਉਹਦੀ ਰੋਕਥਾਮ ਬਾਰੇ। ਅਤੇ ਉਹਦੇ ਵਾਸਤੇ 3 ਕੁ ਉਪਾਅ ਦੱਸੇ ਸੀ। ਇੱਕ ਲਿਫਾਫਿਆਂ ਦਾ ਸਿਸਟਮ ਸੀਗਾ, ਇੱਕ ਫਰੂਟ ਫਲਾਈ ਦਾ ਸੀਗਾ, ਅਤੇ ਇੱਕ ਹੈਗਾ ਸੀਗਾ ਬੂਟੇ ਉੱਤੇ ਤੁਸੀਂ ਜਾਲੀ ਪਾ ਦਿਉ। ਉਹ ਜਿਹੜਾ ਇੱਕ ਅਮਰੂਦ ਆਪਣਾ ਪੱਕਿਆ ਜੀ, ਮੈਂ ਲਿਫਾਫੇ ਜਿਹੜੇ ਹੈਗੇ ਸੀਗੇ ਉਹ ਬੰਨੇ ਸੀਗੇ ਕਰੀਬ 120 ਤੋਂ ਲੈ ਗਏ, ਅਤੇ 150 ਲਿਫਾਫਾ ਇਹਦੇ ਉੱਤੇ ਬੱਜਿਆ ਸੀਗਾ। 1 ਘੰਟਾ ਲੱਗਾ ਸੀਗਾ ਕਰੀਬ ਇਹਦੇ ਉੱਪਰ। ਅਤੇ ਨਾਲ ਹੀ ਦੋਸਤੋ, 1 ਘੰਟਾ ਜਿਹੜਾ ਉਹ ਟਾਈਮ ਹੈਗਾ ਸੀਗਾ 20 ਤਰੀਕ ਸੀਗੀ, ਪਿਛਲੇ ਮਹੀਨੇ ਦੀ 20 ਜੁਲਾਈ ਸੀਗੀ, ਅਤੇ ਅੱਜ ਕਰੀਬ 20 ਕੁ ਦਿਨ ਹੀ ਹੋ ਗਏ ਆ। ਉਹ ਜਿਹੜਾ 1 ਘੰਟਾ ਸੀਗਾ ਉਹ ਮਤਲਬ ਤੈਅ ਕਰਦਾ ਕਿ ਹੁਣ ਮੈਂ ਅਗਲੇ ਕਰੀਬ 1.5 ਮਹੀਨੇ ਤੱਕ ਆਪਣੇ ਪਰਿਵਾਰ ਵਾਸਤੇ ਜਿਹੜੇ ਹੈਗਾ ਇਹ ਔਰਗੈਨਿਕ ਅਮਰੂਦ ਇੱਕ ਹਿਸਾਬ ਦੇ ਮੈਂ ਖਵਾਊਂਗਾ। ਬਾਕੀ ਦੋਸਤੋ, ਇਹ ਤੁਹਾਡੇ ਹੱਥ ਵਾਸੀ ਆ ਜੀ ਕਿ ਤੁਸੀਂ ਕਿਹੜਾ ਰਸਤਾ ਚੁਣਨਾ ਵਾ। ਇਹਦੇ ਨਾਲ ਆਪਣੇ 2 ਫਾਇਦੇ ਹੋ ਜਾਂਦੇ ਆ, ਇੱਕ ਤਾਂ ਫਰੂਟ ਫਲਾਈ ਰੁਕ ਜਾਂਦੀ ਆ, ਦੂਸਰੇ ਨੰਬਰ 'ਤੇ ਜਿਹੜੇ ਪੰਛੀ ਟੁੱਕ ਟੁੱਕ ਕੇ ਥੱਲੇ ਸੁੱਟਦੇ ਨੇ ਉਹ ਬਚ ਜਾਂਦੇ ਨੇ। ਤਾਂ ਇਸ ਕਰਕੇ ਦੋਸਤੋ, ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਡੂੰਘੀਆਂ ਗੱਲਾਂ ਨੇ, ਇਹ ਤੁਹਾਡੇ ਹੱਥ ਵਾਸੀ ਆ ਜੀ। ਤੁਸੀਂ ਆਪਣੇ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ ਜ਼ਹਿਰ ਮੁਕਤ ਭੋਜਨ ਅਤੇ ਜ਼ਹਿਰ ਮੁਕਤ ਖੁਰਾਕ ਜਿਹੜੀ ਹੈਗੀ ਆ ਫਰੂਟ, ਉਹ ਕਿਸ ਤਰ੍ਹਾਂ ਪੈਦਾ ਕਰਕੇ ਦੇਣੇ ਨੇ। ਕਈ ਤੁਹਾਡੇ ਏਰੀਏ ਵਿੱਚ ਵੀ ਜ਼ਰੂਰ ਡਾਕਟਰ ਸਾਹਿਬਾਨ ਜਾਂ ਕੋਈ ਹੋਰ ਵੀਰ ਹੋਣਗੇ ਜਿਹੜਾ ਇਹੀ ਸਲਾਹ ਦੇਣਗੇ ਤੁਹਾਨੂੰ ਕਿ ਤੁਹਾਨੂੰ ਫੁੱਲਾਂ ਦੇ ਉੱਪਰ ਜਿਹੜੀ ਹੈਗੀ ਆ ਇਹਦੀ ਸਪਰੇਅ ਕਰਨੀ ਚਾਹੀਦੀ ਸੀਗੀ ਸੁੰਡੀ ਦੀ, ਤਾਂ ਜੋ ਸੁੰਡੀ ਨਾ ਪੈਂਦੀ, ਜਾਂ ਉਹ ਤੁਹਾਨੂੰ ਬਾਰਿਸ਼ਾਂ ਦਾ ਜਿਹੜਾ ਹੈਗਾ ਕਾਰਨ ਦੱਸਣਗੇ, ਜਾਂ ਮੋਢਾਂ ਦੀ ਫੰਗਸ ਦਾ ਜਿਹੜਾ ਹੈਗਾ ਕਾਰਨ ਦੱਸਣਗੇ। ਓਵਰਆਲ ਦੇਖਿਆ ਜਾਵੇ ਦੋਸਤੋ, ਅਵੇਅਰਨੈਸ ਦੀ ਕਮੀ ਆ ਜੀ, ਅਤੇ ਜ਼ਰੂਰ ਵੀਰ ਸਾਰੇ ਧਿਆਨ ਦੇਣ। ਜਿਹੜੇ ਲੇਟ ਹੋ ਗਏ ਨੇ, ਜਿਹੜੇ ਨਿੱਕੇ ਨੇ ਅਮਰੂਦ, ਉਹ ਤੁਸੀਂ ਲਿਫਾਫਿਆਂ ਵਿੱਚ ਬੰਨ ਸਕਦੇ ਜੋ। ਅਤੇ ਦੋਸਤੋ, ਆਪਾਂ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ ਜੀ, ਕੁਦਰਤ ਦੇ ਨਾਲ ਰਹਿ ਕੇ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਸਾਰਾ ਸਿਸਟਮ, ਇੱਕੋ ਸਿਸਟਮ ਨੂੰ ਬੈਲੈਂਸ ਕਰ ਸਕਦੇ ਹਾਂ, ਉਹਦੇ 'ਤੇ ਧਿਆਨ ਦਿਓ ਜ਼ਰੂਰ। ਜਿਹੜੇ ਵੀਰ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਧੰਨਵਾਦ।